बुल्ले शाह रंग मुर्शद वाला किसे किसे नु चढ़दा और मैनु लगदा हरप्रीत थानु पूरी तरह चढ़ जो बुल्ले शाह चौथे नु मेरे सिर दिल नु दे दलेरी प्रीतम पास ते टोले किस नु आई मीन पोएट्री एंड म्यूजिक च यू नो पिरोण दी कोशिश कीती तो उदों बाबा बुल्ले शाह मेरे ज़हन च सब तो पहला आया। अजे तक तुसी बुल्ले शाह होरां नूं किन्ना क जान सकते हो, तुहानूं की लगता है कि तुसी उन्हां नूं किन्ना क जाणिया है, उन्हां दी फिलोसफी नूं किन्ना क सुणिया है? आई थिंक जानण दी गल करिए ते इट्स स्टिल इन प्रोसेस, असी वी आर स्टिल लर्निंग। मैनूं लगता 6-7 साल दा होवांगा जदों मैनूं संत कबीर दी पोएट्री ते बाबा बुल्ले शाह दी पोएट्री अपने वल खिंचण लग गई सी। पंजाबी नूं हजे तक बोलना अगे कैरी करना लाइक बॉम्बे गोवा तुसी होर भी कई ज्यादा कंट्रीज ट्रैवल कीतियां हो? नहीं, मैं बस कोशिश कर रहा हूं बाबा बुल्ले शाह दी, बाबा शाह दी ते बाबा नानक दी पोएट्री नूं बस किसे तरह मैं थोड़ा जा समझ लां। ਅਤੇ ਯੂਕਰੇਨ 'ਚ ਕੀ ਚੱਲ ਰਿਹਾ ਇੱਧਰ, ਯੂ ਨੋ ਆਈ ਡੋਂਟ ਨੋ, ਆਈ ਡੋਂਟ ਵਾਂਟ ਟੂ ਟਾਕ ਅਬਾਊਟ ਦੈਟ, ਬਟ ਇਟ ਮੇਕਸ ਮੀ ਰੀਲੀ ਸੈਡ, ਉਹ ਮੈਨੂੰ ਬਹੁਤ ਦੁਖੀ ਕਰਦਾ ਹੈ। ਉਹ ਸੁੰਜੀ ਬਨ ਵਿੱਚ ਲੁੱਟੀ ਸਾਈਆਂ ਸੂਰ ਪਤੰਗ ਨੇ ਕੇਰੀ, ਉਹ ਮੁੱਲਾ ਕਾਜ਼ੀ ਰਾਹ ਬਤਾਵਣ ਦੇਣ ਭਰਮ ਦੇ ਫੇਰੇ। ਬਾਬਾ ਬੁੱਲੇ ਸ਼ਾਹ, ਸੰਤ ਕਬੀਰ ਇਹ ਬਹੁਤ ਸਦੀਆਂ ਪਹਿਲਾਂ ਕਹਿ ਗਏ ਕਿ ਬਈ ਤੁਸੀਂ ਪਿਆਰ ਨਾਲ ਰਹੋ ਸਾਰੇ, ਅੰਤ 'ਚ ਤੁਸੀਂ ਯੂ ਨੋ ਜ਼ਮੀਨ 'ਚ ਹੀ ਜਾਣਾ ਹੈ, ਤੁਹਾਡੇ ਤੁਸੀਂ ਮਿੱਟੀ ਦੇ ਬਣੇ ਹੋ, ਮਿੱਟੀ 'ਚ ਵਾਪਸ ਜਾਣਾ ਹੈ। ਬੁੱਲੇ ਸ਼ਾਹ ਰੰਗ ਮੁਰਸ਼ਦ ਵਾਲਾ ਕਿਸੇ ਕਿਸੇ ਨੂੰ ਚੜ੍ਹਦਾ ਔਰ ਮੈਨੂੰ ਲੱਗਦਾ ਹਰਪ੍ਰੀਤ ਤੁਹਾਨੂੰ ਪੂਰੀ ਤਰ੍ਹਾਂ ਚੜ੍ਹ ਚੁੱਕਿਆ ਉਹ ਰੰਗ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਉਹ ਆਪਾਂ ਤੁਹਾਡੀ ਆਵਾਜ਼ ਸੁਣੀ ਹੈ, ਤੁਹਾਡੀ ਗਾਇਕੀ ਸੁਣੀ ਹੈ, ਤੁਹਾਡੇ ਲਫ਼ਜ਼ ਸੁਣੇ ਨੇ, ਜੋ ਕਿ ਮੈਨੂੰ ਲੱਗਦਾ ਹੈ ਕਿ ਬੁੱਲੇ ਸ਼ਾਹ ਨੂੰ ਟ੍ਰਾਂਸਲੇਟ ਕਰਨਾ ਬਹੁਤ ਵੱਡੀ ਗੱਲ ਹੈ ਔਰ ਤੁਸੀਂ ਇਹ ਕਰ ਰਹੇ ਹੋ। ਮਤਲਬ ਉਹਨਾਂ ਨੂੰ ਹੀ ਕਿਉਂ ਚੂਜ਼ ਕੀਤਾ, ਹੋਰ ਵੀ ਬਹੁਤ ਸਾਰੇ ਫਿਲੋਸਫਰਸ ਨੇ, ਪੋਇਟਸ ਨੇ? ਜੀ ਬਿਲਕੁਲ, ਮੈਨੂੰ ਲੱਗਦਾ ਬਾਬਾ ਬੁੱਲੇ ਸ਼ਾਹ ਉਹ ਬਸ ਹੋ ਗਿਆ ਸ਼ੁਰੂਆਤ ਜਦੋਂ ਮੈਂ ਮਿਊਜ਼ਿਕ ਨੂੰ ਪੋਇਟਰੀ ਆਈ ਮੀਨ ਪੋਇਟਰੀ ਨੂੰ ਮਿਊਜ਼ਿਕ 'ਚ ਯੂ ਨੋ ਪਿਰੋਣ ਦੀ ਕੋਸ਼ਿਸ਼ ਕੀਤੀ ਤਾਂ ਉਦੋਂ ਬਾਬਾ ਬੁੱਲੇ ਸ਼ਾਹ ਮੇਰੇ ਜ਼ਹਿਨ 'ਚ ਸਭ ਤੋਂ ਪਹਿਲਾਂ ਆਏ ਅਤੇ ਦੈਟਸ ਹਾਊ ਇਟ ਹੈਪਨ। ਆਈ ਥਿੰਕ 2007 'ਚ ਮੈਂ ਬਾਬਾ ਬੁੱਲੇ ਸ਼ਾਹ ਦੀ ਜਿਹੜੀ ਕਵਿਤਾ ਹੈ, ਆਈ ਮੀਨ ਜਿਹੜਾ ਕਲਾਮ ਹੈ ਬਾਬਾ ਬੁੱਲੇ ਸ਼ਾਹ ਦਾ ਮਾਟੀ, ਉਹਨੂੰ ਮੈਂ ਕੰਪੋਜ਼ ਕੀਤਾ ਸੀ। ਸੋ ਹਜੇ ਤੱਕ ਤੁਸੀਂ ਬੁੱਲੇ ਸ਼ਾਹ ਹੋਰਾਂ ਨੂੰ ਕਿੰਨਾ ਕੁ ਜਾਣ ਸਕਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਉਹਨਾਂ ਨੂੰ ਕਿੰਨਾ ਕੁ ਜਾਣਿਆ ਹੈ, ਉਹਨਾਂ ਦੀ ਫਿਲੋਸਫੀ ਨੂੰ ਕਿੰਨਾ ਕੁ ਸੁਣਿਆ ਹੈ? ਜਾਣਨ ਦੀ ਜੇ ਅਸੀਂ ਗੱਲ ਕਰੀਏ ਤਾਂ ਤੁਸੀਂ ਕਿਸੇ ਨੂੰ ਸਾਹਮਣੇ ਮਿਲੋ, ਕਿਸੇ ਦੇ ਨਾਲ ਗੱਲਬਾਤ ਕਰੋ, ਕਈ ਸਾਲਾਂ ਤੱਕ ਤੁਸੀਂ ਮਿਲਦੇ ਰਹੋ, ਇਹਨੂੰ ਜ਼ਰਾ ਜਿਹਾ ਹੀ ਮਤਲਬ ਮਾੜਾ ਜਿਹਾ ਹੀ ਤੁਸੀਂ ਕਿਸੇ ਨੂੰ ਜਾਣ ਸਕਦੇ ਹੋ। ਅਤੇ ਬਾਬਾ ਬੁੱਲੇ ਸ਼ਾਹ ਤਾਂ ਕਈ ਸਦੀਆਂ ਪਹਿਲੇ ਸੀਗੇ ਅਤੇ ਉਹ ਜੋ ਸਾਨੂੰ ਲਿਖ ਕੇ ਦੇ ਗਏ ਨੇ, ਅਸੀਂ ਇੱਕ ਇੱਕ ਕਲਾਮ ਦੀ ਕਈ ਕਈ ਇੰਟਰਪ੍ਰੀਟੇਸ਼ਨ ਨਿਕਾਲ ਕੇ ਬਹਿ ਜਾਂਦੇ ਹਾਂ। ਆਈ ਥਿੰਕ ਜਾਣਨ ਦੀ ਗੱਲ ਕਰੀਏ ਤਾਂ ਇਟਸ ਸਟਿਲ ਇਨ ਪ੍ਰੋਸੈਸ, ਅਸੀਂ ਵੀ ਆਰ ਸਟਿਲ ਲਰਨਿੰਗ, ਵੀ ਆਰ ਸਟਿਲ ਟਰਾਇੰਗ ਟੂ ਅੰਡਰਸਟੈਂਡ ਕਿ ਉਹ ਕੀ ਕਹਿ ਕੇ ਗਏ ਸੀ, ਬਟ ਜੋ ਵੀ ਉਹ ਉਦੋਂ ਕਹਿ ਕੇ ਗਏ ਸੀ ਕਈ ਸਦੀਆਂ ਪਹਿਲਾਂ, ਉਹ ਓਨਾ ਹੀ ਰਿਲੇਵੈਂਟ ਹੈ ਅੱਜ ਦੇ ਟਾਈਮ 'ਚ ਜੇ ਹਿਊਮੈਨਿਟੀ ਦੀ ਜੇ ਅਸੀਂ ਗੱਲ ਕਰੀਏ ਤਾਂ। ਅੱਛਾ, ਅੱਜ ਤੁਸੀਂ ਕਿਹੋ ਜਿਹਾ ਫੀਲ ਕੀਤਾ, ਕਿਉਂਕਿ ਬਹੁਤ ਸਾਰੇ ਬੱਚੇ ਤੁਹਾਨੂੰ ਵੇਖਣ ਆਏ ਜਿਨ੍ਹਾਂ ਨੇ ਮੈਨੂੰ ਲੱਗਦਾ ਤਾੜੀਆਂ ਦੇ ਨਾਲ ਤੁਹਾਡਾ ਪਰਵਾ ਹੁੰਗਾਰਾ ਕੀਤਾ ਔਰ ਤੁਹਾਨੂੰ ਮਤਲਬ ਬਹੁਤ ਜ਼ਿਆਦਾ ਮੋਟੀਵੇਟ ਵੀ ਕੀਤਾ ਐਂਡ ਮੈਂ ਦੇਖਿਆ ਕਿ ਤੁਹਾਨੂੰ ਮਿਲਣ ਉਸ ਖਾਸ ਕਰਕੇ ਇੰਨੀ ਦੇਰ ਵੇਟ ਕਰਕੇ ਵੀ ਤੁਹਾਡਾ ਗਏ ਨੇ, ਸੋ ਉਸ ਚੀਜ਼ ਨੂੰ ਕਿਵੇਂ ਵੇਖਦੇ ਹੋ ਨੂੰ ਜਦੋਂ ਤੁਸੀਂ ਤੁਹਾਡੀ ਮਤਲਬ ਬੱਚਿਆਂ ਨੂੰ ਆਪਾਂ ਥੋਰੈਟੀਕਲ ਤਾਂ ਬਹੁਤ ਪੜ੍ਹਾਉਂਦੇ ਨੇ ਬਟ ਜੋ ਉਹਨਾਂ ਨੇ ਅੱਜ ਪ੍ਰੈਕਟੀਕਲੀ ਜੋ ਚੀਜ਼ਾਂ ਵੇਖੀਆਂ ਨੇ, ਸੋ ਇਹ ਚੀਜ਼ਾਂ ਉਹਨਾਂ ਦੇ ਦਿਮਾਗ ਉੱਤੇ, ਉਹਨਾਂ ਦੇ ਜ਼ਹਿਨ ਉੱਤੇ ਕਿੰਨਾ ਕੁ ਪ੍ਰਭਾਵ? ਮੈਨੂੰ ਲੱਗਦਾ ਇਹ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀਆਂ, ਬਿਕੋਜ਼ ਮੈਂ ਜਦੋਂ ਬਹੁਤ ਛੋਟਾ ਸੀਗਾ ਉਦੋਂ ਦੀ ਮੈਨੂੰ ਇਹ ਪੋਇਟਰੀ ਬੜੀ ਬਹੁਤ ਜ਼ਿਆਦਾ ਇਨਕਲਾਈਨ ਕਰਦੀ ਸੀ ਆਪਣੇ ਵੱਲ, ਅਤੇ ਮੈਨੂੰ ਲੱਗਦਾ 6-7 ਸਾਲ ਦਾ ਹੋਵਾਂਗਾ ਜਦੋਂ ਮੈਨੂੰ ਸੰਤ ਕਬੀਰ ਦੀ ਪੋਇਟਰੀ ਅਤੇ ਬਾਬਾ ਬੁੱਲੇ ਸ਼ਾਹ ਦੀ ਪੋਇਟਰੀ ਆਪਣੇ ਵੱਲ ਖਿੱਚਣ ਲੱਗ ਗਈ ਸੀ। ਐਂਡ ਅਤੇ ਮੈਨੂੰ ਲੱਗਦਾ ਕਿ ਇਟਸ ਬਿਊਟੀਫੁਲ ਕਿ ਇੱਦਾਂ ਯੰਗ ਬੱਚਿਆਂ ਨੇ ਜਿਸ ਤਰ੍ਹਾਂ ਰਿਸਪੋਂਡ ਕੀਤਾ, ਦੇਵਰ ਆਈ ਥਿੰਕ ਦੇਵਰ ਇਨ ਦੇਅਰ ਅਰਲੀ ਟੀਨਸ ਔਰ ਯੂ ਨੋ 8-10 ਸਾਲ ਦੇ ਮੋਸਟਲੀ ਬੱਚੇ ਸੀਗੇ, 12 ਸਾਲ ਦੇ 14 ਸਾਲ ਦੇ, ਅਤੇ ਦ ਵੇ ਦੇ ਰਿਸਪੋਂਡਡ ਵਾਜ਼ ਬਿਊਟੀਫੁਲ, ਕਿਉਂਕਿ ਮੈਨੂੰ ਲੱਗਦਾ ਕਿ ਮੈਂ ਕੁਛ ਸਹੀ ਕਰ ਰਿਹਾ ਜੇ ਬੱਚੇ ਵੀ ਉਹਦੇ 'ਤੇ ਰਿਸਪੋਂਡ ਕਰ ਰਹੇ ਨੇ।
ਅਤੇ ਬਾਬਾ ਬੁੱਲੇ ਸ਼ਾਹ ਦੀ ਆਵਾਜ਼ ਮੈਂ ਮਤਲਬ ਆਪਣੇ ਜ਼ਰੀਏ ਬੱਚਿਆਂ ਤੱਕ ਪਹੁੰਚਾ ਸਕ ਰਿਹਾ। ਆਈ ਥਿੰਕ ਮੈਨੂੰ ਲੱਗਦਾ ਕਿ ਮੇਰੇ ਲਈ ਉਹ ਬਹੁਤ ਫੋਰਚੁਨੇਟ ਗੱਲ ਹੈ। ਸੋ ਪੰਜਾਬੀ ਨੂੰ ਹਜੇ ਤੱਕ ਬੋਲਣਾ, ਅੱਗੇ ਕੈਰੀ ਕਰਨਾ, ਲਾਈਕ ਬੋਂਬੇ, ਗੋਆ, ਤੁਸੀਂ ਹੋਰ ਵੀ ਕਈ ਜ਼ਿਆਦਾ ਕੰਟਰੀਜ਼ ਟਰੈਵਲ ਕੀਤੀਆਂ ਹੋਣੀਆਂ, ਐਂਡ ਉੱਥੇ ਦਾ ਪਹਿਰਾਵਾ, ਉੱਥੇ ਦੀ ਬੋਲਬਾਣੀ, ਬਟ ਸਟਿਲ ਆਈ ਐਮ ਸੀਇੰਗ ਕਿ ਮਤਲਬ ਤੁਸੀਂ ਉਸੇ ਲੁੱਕ ਦੇ ਵਿੱਚ, ਤੁਹਾਡਾ ਪਹਿਰਾਵਾ, ਤੁਹਾਡੇ ਕੋਸਟਿਊਮਸ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਸੂਟ ਕਰਦੇ ਹੋ, ਔਰ ਮੈਨੂੰ ਲੱਗਦਾ ਕਿ ਸ਼ਾਇਦ ਤੁਸੀਂ ਬਣੇ ਬੁੱਲੇ ਸ਼ਾਹ ਹੋਰਾਂ ਦੇ ਨਾਲ। ਨਹੀਂ, ਮੈਂ ਬਸ ਕੋਸ਼ਿਸ਼ ਕਰ ਰਿਹਾ ਬਾਬਾ ਬੁੱਲੇ ਸ਼ਾਹ ਦੀ, ਬਾਬਾ ਸ਼ਾਹ ਹੁਸੈਨ ਦੀ ਅਤੇ ਬਾਬਾ ਨਾਨਕ ਦੀ ਪੋਇਟਰੀ ਨੂੰ ਬਸ ਕਿਸੇ ਤਰ੍ਹਾਂ ਮੈਂ ਥੋੜ੍ਹਾ ਜਿਹਾ ਸਮਝ ਲਾਂ, ਅਤੇ ਮੈਨੂੰ ਇਹ ਜਿਹੜਾ ਜੋ ਕੁਛ ਚੱਲ ਰਿਹਾ ਅੱਜ ਦੇ ਟਾਈਮ 'ਚ ਆਸ ਪਾਸ ਆਲੇ ਦੁਆਲੇ ਜੋ ਵੀ ਚੱਲ ਰਿਹਾ, ਯੂ ਨੋ ਇਟਸ ਬੀਨ ਕੁਆਇਟ ਡਿਫੀਕਲਟ ਟੂ ਡੀਲ ਵਿਦ, ਟੂ ਬੀ ਓਨੈਸਟ। ਬਹੁਤ ਇੱਥੇ ਯੂਕਰੇਨ 'ਚ ਕੀ ਚੱਲ ਰਿਹਾ ਇੱਧਰ, ਯੂ ਨੋ ਆਈ ਡੋਂਟ ਟਾਕ ਅਬਾਊਟ ਦੈਟ, ਬਟ ਇਟ ਮੇਕਸ ਮੀ ਰੀਅਲੀ ਸੈਡ, ਉਹ ਮੈਨੂੰ ਬਹੁਤ ਦੁਖੀ ਕਰਦਾ। ਅਤੇ ਮੈਨੂੰ ਲੱਗਦਾ ਬਾਬਾ ਬੁੱਲੇ ਸ਼ਾਹ, ਸੰਤ ਕਬੀਰ ਇਹ ਬਹੁਤ ਸਦੀਆਂ ਪਹਿਲਾਂ ਕਹਿ ਗਏ ਕਿ ਬਈ ਤੁਸੀਂ ਪਿਆਰ ਨਾਲ ਰਹੋ ਸਾਰੇ, ਇਹ ਜਿਹੜਾ ਜੋ ਕੁਝ ਵੀ ਤੁਸੀਂ ਕਰ ਰਹੇ ਹੋ ਅੰਤ 'ਚ ਤੁਸੀਂ ਯੂ ਨੋ ਜ਼ਮੀਨ 'ਚ ਹੀ ਜਾਣਾ, ਤੁਸੀਂ ਮਿੱਟੀ ਦੇ ਬਣੇ ਹੋ, ਮਿੱਟੀ 'ਚ ਵਾਪਸ ਜਾਣਾ। ਤਾਂ ਮੈਨੂੰ ਲੱਗਦਾ ਕਿ ਇਹ ਸਾਰਾ ਕੁਛ, ਇਹ ਲੜਾਈਆਂ, ਇਹ ਵਾਰਸ, ਇਟ ਆਲ ਮੇਕਸ ਨੋ ਸੈਂਸ ਟੂ ਮੀ, ਇਟ ਮੇਕਸ ਮੀ ਸੈਡ ਇਨ ਦੀ ਐਂਡ। ਅਤੇ ਮੈਨੂੰ ਲੱਗਦਾ ਕਿ ਜੇ ਮੈਂ ਕੁਛ ਸਿੱਖ ਸਕਾਂ, ਇਟ ਸਮ ਇਫ ਸਮਥਿੰਗ ਆਈ ਕੈਨ ਲਰਨ ਫਰੋਮ ਦ ਪੋਇਟਰੀ ਆਫ ਯੂ ਨੋ ਦੀਜ਼ ਸੇਂਟਸ ਐਂਡ ਸੂਫੀਜ਼, ਤਾਂ ਮੈਨੂੰ ਲੱਗਦਾ ਆਈ ਥਿੰਕ ਆਈ ਵਿਲ ਬੀ ਏਬਲ ਟੂ ਸਰਵਾਈਵ ਵਿਦ ਦਿਸ ਇਨ ਦਿਸ ਵਰਲਡ ਟੂਡੇ। ਸੋ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਆਈ ਥਿੰਕ ਜਿੰਨਾ ਪਿਆਰ ਹੋਣਾ ਚਾਹੀਦਾ ਹੈ ਆਪਣੀ ਸੂਫੀ ਗਾਇਕਾਂ ਦੇ ਨਾਲ, ਹੈ ਨਾ, ਜਿਹੜੇ ਜਿਨ੍ਹਾਂ ਨੇ ਬਹੁਤ ਕੁਛ ਪੰਜਾਬ ਬਾਰੇ ਲਿਖਿਆ, ਔਰ ਪੰਜਾਬ ਤੋਂ ਤੁਹਾਨੂੰ ਕਿਵੇਂ ਦਾ ਹੁੰਗਾਰਾ ਮਿਲ ਰਿਹਾ, ਔਰ ਜੇਕਰ ਬਾਕੀ ਕੰਟਰੀਜ਼ ਦੀ ਗੱਲ ਕੀਤੀ ਜਾਵੇ ਆਊਟ ਆਫ ਇੰਡੀਆ, ਸੋ ਉੱਥੋਂ ਕਿਹੋ ਜਿਹਾ ਰਿਸਪੋਂਸ ਮਿਲ ਰਿਹਾ? ਆਈ ਥਿੰਕ ਸੂਫੀ ਪੋਇਟਰੀ ਦੇ ਜਿਹੜੇ ਕਦਰਦਾਨ ਦੇ ਉਹ ਕਦਰਦਾਨ ਨੇ, ਉਹ ਮਤਲਬ ਮੈਨੂੰ ਲੱਗਦਾ ਹੈ ਆਲ ਥਰੂ ਆਊਟ ਦ ਵਰਲਡ ਨੇ, ਪੂਰੀ ਦੁਨੀਆ 'ਚ ਨੇ ਜਿਹੜੇ ਅਪਰੀਸ਼ੀਏਟ ਕਰਦੇ ਨੇ ਸੂਫੀ ਪੋਇਟਰੀ ਨੂੰ, ਰੂਮੀ ਨੂੰ ਬਹੁਤ ਪਸੰਦ ਕਰਦੇ ਨੇ ਲੋਕ। ਐਂਡ ਮੈਂ ਇੱਕ ਟਰਕੀ 'ਚ ਕੁਛ ਪਰਫੋਰਮੈਂਸਿਸ ਕੀਤੀ ਸੀ, ਟੀਮ ਵਰਕ ਕੀਤੀ ਸੀ, ਟੀਮ ਵਰਕ ਆਰਟਸ ਦੇ ਨਾਲ, ਅਤੇ ਉੱਥੇ ਰੂਮੀ ਦੀ ਜਿਹੜੀ ਪੋਇਟਰੀ ਹੈ ਮੈਂ ਉਹਨੂੰ ਸੰਤ ਕਬੀਰ ਦੇ ਨਾਲ ਕੰਪੇਅਰ ਕੀਤਾ ਸੀ, ਅਤੇ ਸ਼ਾਹ ਹੁਸੈਨ ਦੇ ਨਾਲ ਕੰਪੇਅਰ ਕੀਤਾ ਸੀ, ਬਾਬਾ ਬੁੱਲੇ ਸ਼ਾਹ ਦੇ ਨਾਲ ਕੰਪੇਅਰ ਕੀਤਾ ਸੀ। ਉਹਨਾਂ ਨੇ ਅਲੱਗ ਅਲੱਗ ਟਾਈਮ 'ਚ, ਅਲੱਗ ਅਲੱਗ ਸੈਂਚੁਰੀਜ਼ 'ਚ ਇੱਕੋ ਹੀ ਗੱਲ ਕਹੀ, ਅਲੱਗ ਅਲੱਗ ਦੁਨੀਆ ਦੇ ਯੂ ਨੋ ਪਾਰਟਸ 'ਚ ਉਹ ਸੀਗੇ, ਅਤੇ ਉਹਨਾਂ ਨੇ ਪ੍ਰੀਟੀ ਮੱਚ ਇੱਕੋ ਹੀ ਗੱਲ ਕਹੀ ਉਦੋਂ। ਉਹ ਮੈਨੂੰ ਬਹੁਤ ਜ਼ਿਆਦਾ ਫੈਸੀਨੇਟਿੰਗ ਲੱਗਿਆ ਕਿ ਕਿੱਦਾਂ ਹਿਊਮੈਨਿਟੀ 'ਚ ਇੱਕੋ ਹੀ ਗੱਲ ਅਲੱਗ ਅਲੱਗ ਸੰਤ ਅਲੱਗ ਅਲੱਗ ਟਾਈਮ 'ਚ ਅਲੱਗ ਅਲੱਗ ਥਾਵਾਂ 'ਤੇ ਕਹਿ ਰਹੇ ਸੀਗੇ। ਹਾਂਜੀ, ਬਿਲਕੁਲ। ਸੋ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਕਿ ਅੱਜ ਵੀ ਸਾਡੇ ਪੰਜਾਬ ਦੇ ਵਿੱਚ ਜੋ ਆ ਸਾਡੀ ਵਿਰਾਸਤ ਨੂੰ ਸਾਂਭੀ ਬੈਠੇ ਨੇ, ਸਾਡੇ ਸੱਭਿਆਚਾਰ ਨੂੰ ਸਾਂਭੀ ਬੈਠੇ ਨੇ, ਔਰ ਸਾਨੂੰ ਬਹੁਤ ਮਤਲਬ ਪ੍ਰਾਊਡ ਜਿਸ ਚੀਜ਼ ਦਾ ਫੀਲ ਹੁੰਦਾ ਕਿ ਤੁਹਾਡੇ ਵਰਗੇ ਲੋਕ ਅੱਜ ਵੀ ਨੇ ਜੋ ਅੱਜ ਆਉਣ ਵਾਲੀ ਜਨਰੇਸ਼ਨ ਨੂੰ, ਜਾਂ ਕਹਿ ਸਕਦੇ ਹਾਂ ਕਿ ਸਾਡੇ ਵਰਗਿਆਂ ਨੂੰ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਜੋੜਦੇ ਹੋਏ ਨਜ਼ਰ ਆਏ। ਸੋ ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ ਫੋਰ ਸੱਚ ਅ ਬਿਊਟੀਫੁਲ ਕਨਵਰਸੇਸ਼ਨ, ਅਤੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸੋ ਆਈ ਥਿੰਕ ਵਿਸ਼ ਆਲ ਦ ਵੈਰੀ ਬੈਸਟ ਫੋਰ ਯੋਰ ਫਿਊਚਰ ਫਰੋਮ ਆਰ ਟੀਮ, ਐਂਡ ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ। ਥੈਂਕ ਯੂ।